ਅੱਜ ਜਿੱਥੇ ਪੜ੍ਹੇ ਲਿਖੇ ਨੌਜਵਾਨ ਛੋਟਾ ਕੰਮ ਕਰਨ 'ਚ ਸ਼ਰਮਿੰਦਗੀ ਮਹਿਸੂਸ ਕਰਦੇ ਨੇ, ਉੱਥੇ ਹੀ ਇੱਕ ਨੌਜਵਾਨ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਨੌਜਵਾਨ ਸਭ ਲਈ ਮਿਸਾਲ ਬਣਿਆ ਹੋਇਆ ਹੈ, ਜਿਸ ਦੀ ਵਜ੍ਹਾ ਹੈ ਕਿ ਉਹ ਵ੍ਹੀਲਚੇਅਰ ਉੱਤੇ ਬੈਠ ਕੇ ਆਪਣੇ ਕੰਮ ਨੂੰ ਬਾਖੂਬੀ ਅੰਜਾਮ ਦੇ ਰਿਹਾ। ਇਸ ਨੌਜਵਾਨ ਨਾਲ 8 ਸਾਲ ਪਹਿਲਾਂ ਇੱਕ ਹਾਦਸਾ ਵਾਪਰਿਆ ਸੀ ਜਿਸਨੇ ਉਸਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਦਰਅਸਲ ਹਾਦਸੇ 'ਚ ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ, ਜਿਸ ਤੋਂ ਬਾਅਦ ਉਹ ਮੰਜੇ ਉੱਤੇ ਪੈ ਗਿਆ। ਪਰ ਉਸਨੇ ਹਿੰਮਤ ਨਾ ਹਾਰਦਿਆਂ ਕੁਝ ਕਰਨ ਦੀ ਠਾਣ ਲਈ, ਅਤੇ ਕੁਝ ਕਰਨ ਦਾ ਜਜ਼ਬਾ ਉਸਦੇ ਅੰਦਰ ਸੀ, ਪਰ ਉਹ ਕੁਝ ਕਰ ਨਹੀਂ ਪਾ ਰਿਹਾ ਸੀ। ਅਤੇ ਇਸ ਦੌਰਾਨ ਉਸਦਾ ਰਾਬਤਾ ਚੇਨਈ ਦੀ ਇੱਕ ਸੰਸਥਾ ਦੇ ਨਾਲ ਹੋਇਆ, ਜਿਨ੍ਹਾਂ ਵੱਲੋਂ ਉਸਨੂੰ ਵ੍ਹੀਲਚੇਅਰ ਦਿੱਤੀ ਗਈ, ਜਿਸ ਤੋਂ ਬਾਅਦ ਨੌਜਵਾਨ ਨੇ ਜ਼ੋਮੈਟੋ 'ਚ ਡਿਲੀਵਰੀ ਦਾ ਕੰਮ ਕਰ ਲਿਆ। ਅਤੇ ਹੁਣ ਉਹ ਇਸ ਕੰਮ ਰਾਹੀਂ ਆਪਣੇ ਅਤੇ ਆਪਣੀ ਮਾਤਾ ਦਾ ਗੁਜ਼ਾਰਾ ਕਰ ਰਿਹਾ ਹੈ। ਇੰਨਾ ਹੀ ਨਹੀਂ, ਇਹ ਨੌਜਵਾਨ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਹਿੰਦਾ ਹੈ ਕਿ ਨਸ਼ਿਆਂ ਨੂੰ ਤਿਆਗੋ ਅਤੇ ਘਰ ਪਰਿਵਾਰ ਵੱਲ ਧਿਆਨ ਦਿਓ। ਇਸ ਦੌਰਾਨ ਜਦੋਂ ਇਸ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਤਾਂ ਕੀ ਕਿਹਾ ਉਸਨੇ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਮੇਰਾ ਨਾਮ ਭਾਈ ਮਨਜੀਤ ਸਿੰਘ ਹੈ, ਮੈਂ ਇੱਥੇ ਧੀਰੇ ਲਾਡੋ ਚੱਕ ਤੋਂ। ਭਾਅ ਜੀ ਮੈਂ ਜ਼ੋਮੈਟੋ ਦਾ ਕੰਮ ਕਰਦਾ ਅਤੇ ਮੈਨੂੰ ਚੇਨਈ ਦੀ ਇੱਕ ਫਾਊਂਡੇਸ਼ਨ ਹੈਗੀ ਐਚ ਟੀ ਪਾਰਕ, ਉਹਨਾਂ ਨੇ ਸਾਨੂੰ ਹੈਲਪ ਕੀਤੀ, ਉਹਨਾਂ ਨੇ ਆਹ ਵ੍ਹੀਲਚੇਅਰ ਦਿੱਤੀ ਹੈ ਜਿਹੜੀ ਸਕੂਟੀ ਦਾ ਵੀ ਕੰਮ ਕਰਦੀ ਹੈ, ਅਤੇ ਉਹਨਾਂ ਨੇ ਨਾਲ ਹੀ ਕੰਮ ਦਿੱਤਾ ਸਾਨੂੰ ਅਤੇ ਕੰਮ ਕਰੀਦਾ ਆਪਣਾ ਪਰਿਵਾਰ 'ਚ, ਮੈਂ ਅਤੇ ਮੇਰੇ ਮੰਮੀ ਹੈ ਬਸ। ਨਹੀਂ ਭਾਅ ਜੀ ਮੇਰਾ ਐਕਸੀਡੈਂਟ ਹੋਇਆ ਸੀ ਕੰਮ 'ਤੇ, ਮੈਂ ਟਫਨ ਮਿਲਾ ਸ਼ੀਸ਼ੇ ਦਾ ਕੰਮ ਕਰਦਾ ਸੀ, ਪੂਰਾ ਕਰੇਟ ਮੇਰੇ ਉੱਤੇ ਪਲਟਿਆ, ਉਹਦੇ ਕਰਕੇ ਰੀੜ੍ਹ ਦੀ ਟੁੱਟ ਗਈ ਅਤੇ ਉਹਦੇ ਕਰਕੇ ਲੱਕ ਤੋਂ ਥੱਲੇ ਅਤੇ ਚੂੜੇ ਤੋਂ ਥੱਲੇ ਤੋਂ ਕੋਈ ਪਤਾ ਨਹੀਂ ਲੱਗਦਾ। ਕਿੰਨੇ ਦਿਨ ਪਹਿਲਾਂ ਹਾਦਸਾ ਹੋਇਆ? ਇਹ 8 ਸਾਲ ਪਹਿਲਾਂ ਮੈਨੂੰ ਹਾਦਸਾ ਹੋਇਆ। ਕੰਮ ਕਰ ਰਹੇ ਲੋਕਾਂ ਦਾ ਕਿੱਦਾਂ ਦਾ ਸਹਿਯੋਗ ਹੁੰਦਾ? ਵਧੀਆ ਭਾਅ ਜੀ, ਵਧੀਆ ਲੱਗਦਾ, ਜਾਂਦੇ ਜਾਂਦੇ ਲੋਕ ਸਲਾਮ ਕਰਦੇ ਆ ਕਿ ਐਪਰੀਸ਼ੀਏਟ ਕਰਦੇ ਆ ਕਿ ਵਧੀਆ ਕੰਮ ਕਰ ਰਹੇ ਹੋ ਤੁਸੀਂ। ਕਿਸ ਤਰ੍ਹਾਂ ਕਾਰੋਬਾਰ ਫਿਰ ਆਪਣਾ ਤੁਸੀਂ ਸ਼ੁਰੂ ਕੀਤਾ ਹੈ? ਕਾਰੋਬਾਰ ਭਾਅ ਜੀ ਆਹੀ 4 ਕੁ ਮਹੀਨੇ ਹੋਇਆ ਮੈਨੂੰ ਐਮ ਮਿਲੀ ਨੂੰ, ਅਤੇ ਉਹਨਾਂ ਨੇ ਇਹ ਕੰਮ ਦਿੱਤਾ ਸੀ ਕਿ ਨਾਲੇ ਕੰਮ ਕਰੋ ਆਪਣਾ ਅਤੇ ਨਾਲੇ ਆਪਣੀ ਡੇਲੀ ਦੀ। ਨਹੀਂ ਭਾਈ ਕੁਛ ਨਹੀਂ, ਕੋਈ ਪ੍ਰੋਬਲਮ ਨਹੀਂ ਆਉਂਦੀ ਵੈਸੇ, ਅਤੇ ਫੋਨ ਕਰ ਦਈਦਾ ਵਾ, ਕਸਟਮਰ ਵੀ ਆ ਕੇ ਲੈ ਜਾਂਦਾ ਵਾ, ਰੈਸਟੋਰੈਂਟ ਵਾਲੇ ਵੀ ਆ ਕੇ ਫੜਾ ਜਾਂਦੇ ਆ, ਅਸੀਂ ਸਿਰਫ ਡਿਲੀਵਰ ਕਰਨ ਜਾਣਾ ਹੁੰਦਾ। ਭਾਈ ਜਿਹੜੇ ਨਸ਼ਿਆਂ 'ਚ ਅਤੇ ਉਹਨਾਂ ਨੂੰ ਕਹਿਣਾ ਚਾਹੁੰਦਾ ਇੱਕੋ ਹੀ ਗੱਲ ਕਿ ਕੰਮ ਕਾਰ ਕਰੋ, ਆਪਣਾ ਘਰ ਬਾਰ ਦੇਖੋ, ਇਸ ਤੋਂ ਵੱਧ ਕੇ ਹੋਰ ਕੁਛ ਵੀ ਨਹੀਂ ਗਾ। ਗੁਜ਼ਾਰਾ ਭਾਅ ਜੀ ਇਸ ਤਰ੍ਹਾਂ ਮੰਮੀ ਸਿਲਾਈ ਦਾ ਕੰਮ ਕਰਦੇ ਰਹੇ ਸੀ ਥੋੜ੍ਹਾ ਬਹੁਤਾ, ਅਤੇ ਫਿਰ ਉਹ ਕਰਦੇ ਸੀ, ਮੈਂ ਤੁਹਾਨੂੰ ਪਤਾ ਬੈੱਡ 'ਤੇ ਬੈੱਡ ਰਿਟਨ ਹੋਣ ਨਾਲ ਕੋਈ ਕੰਮ 'ਤੇ ਕਰ ਨਹੀਂ ਸਕਦਾ ਜੀ।